ਵਾਹਿਗੁਰੂ 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 ਵਾਹਿਗੁਰੂ। ਇਸ ਜ਼ਬਾਨ ਦੇ ਨਾਲ ਜੇ ਆ ਵਾਹਿਗੁਰੂ ਵਾਹਿਗੁਰੂ ਬੋਲੋਗੇ ਪੱਤ ਟੱਕੀ ਜਾਏਗੀ। ਵਾਹਿਗੁਰੂ 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 ਪਿਛਲੇ ਹਫਤੇ ਸਾਹਿਬ ਨੇ ਸੇਵਾ ਲਈ ਸੀ। ਇਸ ਜ਼ਬਾਨ ਤੋਂ ਅਸੀਂ ਮਿੱਠਾ ਮਿੱਠੇ ਬੋਲ ਤੇ ਕੌੜੇ ਬੋਲ ਬੋਲ। ਮਿੱਠੇ ਦਾ ਲਾਭ ਕੀ ਸੀ ਤੇ ਕੌੜੇ ਦਾ ਨੁਕਸਾਨ ਕੀ ਸੀ? ਇੱਕ ਸਤਿਗੁਰੂ ਜੀ ਦੀ ਬਾਣੀ ਦੀ ਰੋਸ਼ਨੀ ਦੇ ਵਿੱਚ ਅਸੀਂ ਵਿਚਾਰੇ ਸੀ। ਹੁਣ ਇਸ ਜ਼ਬਾਨ ਤੋਂ ਹੋਰ ਕੀ ਆਪਾਂ ਕੰਮ ਲੈਂਦੇ ਹਾਂ? ਕੀ ਕੰਮ ਲੈਂਦੇ? ਇਸ ਜ਼ਬਾਨ ਦੇ ਵਿੱਚੋਂ ਸਤ ਸੰਗਤ ਬਹੁਤਾਤ ਗਿਣਤੀ ਦੁਨੀਆ ਜਿਹੜੀ ਕੰਮ ਲੈ ਰਹੀ ਹੈ ਚੁਗਲੀ। ਆਖੋ ਸਤਨਾਮ ਜ਼ਬਾਨ ਦੇ ਵਿਸ਼ਾ ਨੂੰ ਚੁਗਲੀ। ਬੜੀ ਸਾਧ ਸੰਗਤ ਗੰਦੀ ਬਿਮਾਰੀ ਜੇ, ਬੜੀ ਗੰਦੀ ਬਿਮਾਰੀ, ਬੜੀ ਗੰਦੀ। ਜਿਹੜਾ ਚੁਗਲਖੋਰ ਹੁੰਦਾ ਮੂੰਹ ਤੋਂ ਮਿੱਠਾ ਹੁੰਦਾ, ਮੂੰਹ ਤੋਂ ਤੁਹਾਡਾ ਆਪਣਾ ਧਿਆਨ ਦੇਣਾ, ਪਿੱਠ ਪਿੱਛੋਂ ਤੁਹਾਡੀਆਂ ਜੜ੍ਹਾਂ ਵੱਢਦਾ ਪਿਆ। ਆਖੋ ਸਤਨਾਮ। ਪਿੱਠ ਪਿੱਛੋਂ ਤੁਹਾਡੀਆਂ ਜੜ੍ਹਾਂ ਵੱਢਦਾ। ਹੁਣ ਤੁਸੀਂ ਝਾਤੀ ਮਾਰਨਾ, ਆ ਔਗਣ ਕਿੱਧਰ? ਸਾਡੇ ਅੰਦਰ ਤਾਂ ਨਹੀਂ। ਆ ਜ਼ਬਾਨ ਮਿਲੀ ਸੀ, ਕੀ ਕੰਮ ਕਰਨਾ ਸੀ ਇਸ ਜ਼ਬਾਨ ਦੇ ਨਾਲ, ਤੇ ਮੈਂ ਕਰੀ ਕੀ ਜਾਂਦਾ? ਕਿਧਰੇ ਇਹ ਔਗਣ ਮੇਰੇ ਵਿੱਚ ਤਾਂ ਨਹੀਂ? ਆ ਚੁਗਲੀ ਦਾ ਔਗਣ ਮੇਰੇ ਵਿੱਚ ਤਾਂ ਨਹੀਂ? ਤੇ ਸਾਹਿਬ ਕਹਿੰਦੇ ਨੇ ਜਿਹਦੇ ਕੋਲ ਇਹ ਔਗਣ ਆ, ਸੁਣ ਸੁਣ। ਚੁਗਲ ਨਿੰਦਕ ਭੁੱਖੇ ਰੁੱਲ ਮੋਏ, 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 ਹੈ ਚੁਗਲ ਨਿੰਦਕ ਭੁੱਖੇ ਰੁੱਲ ਮੋਏ, ਚੁਗਲ ਨਿੰਦਕ ਭੁੱਖੇ ਰੁੱਲ ਮੋਏ। ਐਡਾ ਭੈੜਾ ਔਗੁਣ ਹੈ ਸਾਹਿਬ ਕਹਿੰਦੇ ਨੇ, ਉਹ ਤੂੰ ਚੁਗਲੀ ਕੀਤੀ ਉਹਦੀ ਸਜ਼ਾ ਸੁਣ, ਸਜ਼ਾ ਸੁਣ। ਚੁਗਲ ਨਿੰਦਕ ਭੁੱਖੇ ਰੁੱਲ ਮੂਏ, ਸਦਾ ਭੁੱਖਾ ਰਹੇਗਾ, ਸਦਾ ਕਿਤਨੇ ਵੀ ਪਦਾਰਥ ਪ੍ਰਾਪਤ ਕਰ ਲਏਗਾ ਰੱਜੇਗਾ ਨਹੀਂ। ਚੁਗਲਖੋਰ ਨੂੰ ਸਮਝ ਲਓ ਇਹ ਗਿਆਨ ਦੇ ਰਹੇ ਨੇ ਸਾਹਿਬ, ਗਿਆਨ ਗਿਆਨ ਦੇ ਰਹੇ ਨੇ, ਔਰ ਹਿਲਾ ਕੇ ਹਲੂਣਾ ਦੇ ਕੇ ਉਹਨੂੰ ਸਮਝਾਉਣਾ ਕਰ ਰਹੇ ਨੇ। ਚੁਗਲ ਨਿੰਦਕ ਭੁੱਖੇ ਰੁੱਲ ਮੂਏ, ਤਿੰਨ ਚੀਜ਼ਾਂ ਤੇ ਗੌਰ ਦੇ ਦਿਓ, ਭੁੱਖੇ ਫਿਰ ਕਹਿੰਦੇ ਰੁੱਲ ਮੂਏ, ਰੁੱਲ ਰੁੱਲ ਕੇ ਮਰੇਗਾ, ਰੁੱਲ ਰੁੱਲ ਕੇ, ਰੁੱਲ ਰੁੱਲ ਕੇ। ਮੈਂ ਨਹੀਂ ਕਹਿ ਰਿਹਾ, ਮੇਰੇ ਸਾਹਿਬ ਕਹਿ ਰਹੇ ਨੇ ਜੋ ਕਹਿ ਰਹੇ ਨੇ। ਇਸ ਲਈ ਧਿਆਨ ਦੇਣਾ, ਇਹ ਜਿਹੜੇ ਸ਼ੁਭ ਗੁਣ ਸਾਡੇ ਅੰਦਰ ਹੁੰਦੇ ਨੇ, ਸ਼ੁਭ ਗੁਣ, ਇਹੋ ਜਿਹੇ ਔਗੁਣ ਸਾਧ ਸੰਗਤ ਸਾਡੇ ਸ਼ੁਭ ਗੁਣ ਖਾ ਜਾਂਦੇ ਨੇ, ਖਾ ਜਾਂਦੇ। ਤੁਹਾਡੇ ਅੰਦਰ ਨਾਮ ਦਾ ਖਜ਼ਾਨਾ ਇਹਨੂੰ ਲੁੱਟ ਲੈਂਦੇ ਨੇ। ਇਹ ਜਿਹੜਾ ਚੁਗਲੀ ਕਰਨ ਵਾਲਾ ਉਹਦੇ ਪੇਟ 'ਚ ਗੋਲਾ ਬਣਿਆ ਰਹਿੰਦਾ, ਧਿਆਨ ਦੇ। ਗੋਲਾ ਜਦ ਤੱਕ ਉਹ ਗੋਲਾ ਕੱਢ ਨਾ ਲਵੇ, ਜਦ ਤੱਕ ਕਿਸੇ ਦੀ ਗੱਲ ਇੱਥੇ ਦੀ ਗੱਲ ਉੱਥੇ, ਉੱਥੇ ਦੀ ਗੱਲ ਉੱਥੇ ਨਾ ਕਰ ਆਵੇ, ਚੁਗਲੀ ਕਰਕੇ ਕਿਸੇ ਦਾ ਕਾਰਜ ਨਾ ਵਿਗਾੜ ਆਵੇ, ਤਾਂ ਤੱਕ ਸਾਧ ਸੰਗਤ ਉਹ ਚੈਨ ਨਾਲ ਨਹੀਂ ਬੈਠਦਾ। ਤੇ ਜੇ ਇਹ ਪੰਗਤੀਆਂ ਸਾਨੂੰ ਸਮਝ ਲੱਗ ਗਈਆਂ, ਜਿਹਦੇ ਅੰਦਰ ਚੁਗਲੀ ਦਾ ਔਗੁਣ ਹੈ ਉਹ ਟਿਕ ਕੇ ਬਹਿ ਜਾਏਗਾ, ਇੰਨੀ ਡਾਢੀ ਸਜ਼ਾ, ਇੰਨੀ ਡਾਢੀ ਸਜ਼ਾ। ਚੁਗਲ ਨਿੰਦਕ ਭੁੱਖੇ ਰੁੱਲ ਮੋਏ, ਚੁਗਲ ਨਿੰਦਕ ਭੁੱਖੇ ਰੁੱਲ ਮੋਏ, ਚੁਗਲ ਨਿੰਦਕ ਭੁੱਖੇ ਰੁੱਲ ਮੋਏ, ਚੁਗਲ ਨਿੰਦਕ ਭੁੱਖੇ ਰੁੱਲ ਮੋਏ। ਇਹਨਾਂ ਹੱਥ ਨਾ ਕਿਥਾਉਂ ਪਾਏ, ਇਹਨਾਂ ਹੱਥ ਨਾ ਕਿਥਾਉਂ ਪਾਏ, ਇਹਨਾਂ ਹੱਥ ਨਾ ਕਿਥਾਉਂ ਪਾਏ,
ਇਹਨਾਂ ਹੱਥ ਨਾ ਕਿਥਾਂ ਪਾਏ, ਉਹ ਇਹਨਾਂ ਹੱਥ ਨਾ ਕਿਥਾਂ ਪਾਏ, ਇਹਨਾਂ ਹੱਥ ਨਾ ਕਿਥਾਂ ਪਾਏ, ਇਹਨਾਂ ਹੱਥ ਨਾ ਕਿਥਾਂ ਪਾਏ, ਇਹਨਾਂ ਹੱਥ ਨਾ ਕਿਥਾਂ ਪਾਏ। ਇਹਨਾਂ ਦਾ ਹੱਥ ਕਿੱਥੇ ਨਹੀਂ ਪੈ ਸਕਦਾ, ਕਿਤੇ ਨਹੀਂ। ਕਹਿੰਦੇ ਰੁਲਦਾ ਹੀ ਰਹੇਗਾ, ਭੁੱਖਾ ਹੀ ਰਹੇਗਾ, ਰੁਲ ਰੁਲ ਕੇ ਮਰੇਗਾ। ਕਿਉਂ ਐਸੀ ਬੋਲੀ ਬੋਲਦੇ ਹਾਂ, ਕਿਉਂ ਐਸੇ ਬੋਲ ਆਪਣੇ ਕੋਲ ਰੱਖੇ ਨਹੀਂ। ਤਿੰਨ ਚੀਜ਼ਾਂ ਸਾਧ ਸੰਗਤ ਤੁਹਾਡੀ ਕਮਾਈ ਪਲ ਭਰ ਚ ਡੁਲਾ ਸਕਦੀਆਂ ਨੇ, ਪਲ ਭਰ ਚ ਡੁਲਾ ਸਕਦੀਆਂ, ਡੋਲ ਦਿੰਦੀਆਂ ਨੇ। ਤਿੰਨ ਚੀਜ਼ਾਂ ਪਲ ਭਰ ਦੇ ਤੁਹਾਡੀ ਕਮਾਈ ਨੂੰ ਰੋੜ ਸਕਦੀਆਂ। ਇੱਕ ਨਿੰਦਿਆ, ਇੱਕ ਚੁਗਲੀ ਤੇ ਇੱਕ ਈਰਖਾ। ਬਚਿਓ ਇਹਨਾਂ ਉਗਣਾਂ ਤੋਂ, ਬਚਿਓ। ਨਿੰਦਿਆ, ਚੁਗਲੀ, ਈਰਖਾ, ਆ ਜ਼ਬਾਨ ਮਿਲੀ ਹੈ ਗੁਣ ਗਾਉਣ ਲਈ ਮਿਲੀ ਸੀ ਓਏ, ਆ ਜ਼ਬਾਨ ਮਿਲੀ ਹੈ, ਇਸ ਜ਼ਬਾਨ ਦੇ ਨਾਲ ਪ੍ਰਭੂ ਦੇ ਗੁਣ ਗਾ ਕੇ, ਪ੍ਰਭੂ ਦੀਆਂ ਸਿਫਤਾਂ ਕਰਕੇ, ਸਿਫਤ ਸਲਾਹ ਕਰਕੇ ਪ੍ਰਭੂ ਦੀ ਖੁਸ਼ੀਆਂ ਲੈਂਦਾ। ਆ ਜ਼ਬਾਨ ਮਿਲੀ ਸੀ ਇਸ ਕਾਰਨ ਮਿਲੀ ਸੀ ਕਿ ਗੁਰੂ ਦੀ ਮੱਤ ਲੈ ਕੇ ਇਸ ਜ਼ਬਾਨ ਨੂੰ ਵਰਤਦਾ, ਗੁਰੂ ਦੀ ਮੱਤ ਲੈ ਕੇ। ਤੈਨੂੰ ਪਤਾ ਲੱਗ ਗਿਆ ਮੇਰਾ ਗੁਰੂ ਮਿੱਠ ਬੋਲਣਾ ਹੈ, ਹਰ ਸੱਜਣ ਸਵਾਮੀ ਮੋਰਾ ਮਿੱਠ ਬੋਲਣਾ ਜੀ, ਤੇਰੀ ਜ਼ਬਾਨ ਦੇ ਵਿੱਚੋਂ ਕੁੜੱਪਣ ਖਤਮ ਹੋ ਜਾਂਦਾ, ਕੁੜੱਪਣ ਖਤਮ ਹੋ ਜਾਵੇ। ਸੰਗਤ ਜੀ, ਆ ਇੱਕ ਬੇਨਤੀ ਮੈਂ ਚਰਨਾਂ ਚ ਕਰਨ ਲੱਗਾ, ਕਦੇ ਇਹ ਸੁਭਾਅ ਨਾ ਰੱਖਣਾ, ਕਦੇ ਇਹ ਸੁਭਾਅ ਨਾ ਰੱਖਣਾ ਕਿ ਇੱਧਰ ਦੀ ਗੱਲ ਉੱਧਰ ਲਾ ਕੇ ਉਹਦਾ ਕੰਮ ਖਰਾਬ ਕਰ ਦਈਏ, ਉੱਧਰ ਦੀ ਗੱਲ ਉੱਧਰ ਲਾ ਕੇ ਉਹਦਾ ਕੰਮ ਖਰਾਬ ਕਰ। ਪੜਦੇ ਢੱਕਣੇ ਸਿੱਖੋ, ਪੜਦੇ ਢੱਕਣੇ। ਕਿਸੇ ਦਾ ਔਗੁਣ ਤੁਹਾਨੂੰ ਨਜ਼ਰ ਆ ਗਿਆ, ਧਿਆਨ ਦੇਣਾ, ਕਿਸੇ ਦਾ ਔਗੁਣ ਨਜ਼ਰ ਆ ਗਿਆ, ਅਗਰ ਬੋਲ ਬੋਲਣੇ ਹੀ ਪੈ ਗਏ ਨਾ, ਪੜਦੇ ਢੱਕਣ ਵਾਲੇ ਬੋਲ ਬੋਲਿਓ, ਪੜਦੇ ਢੱਕਣ ਵਾਲੇ। ਉਸ ਸ਼ਖਸ ਨੂੰ ਜਿਸ ਦਿਨ ਪਤਾ ਲੱਗੇਗਾ ਨਾ ਕਿ ਯਾਰ ਮੇਰੇ ਔਗੁਣ ਇਹਨੂੰ ਪਤਾ ਸੀ, ਮੇਰੀਆਂ ਕਮਜ਼ੋਰੀਆਂ ਪਤਾ ਸੀ, ਪਰ ਫਿਰ ਵੀ ਇਹਨੇ ਮੇਰੇ ਲਈ ਐਸੇ ਬੋਲ ਬੋਲੇ, ਫਿਰ ਵੀ ਇਹਨੇ ਮੇਰੇ ਪੜਦੇ ਢੱਕ ਲਏ, ਮੇਰੀ ਇੱਜ਼ਤ ਰੱਖ ਲਈ। ਇਹ ਬੋਲ ਹੀ ਨੇ, ਤੂੰ ਬੋਲ ਦੇ ਨਾਲ ਪੜਦੇ ਢੱਕ ਸਕਦਾ, ਬੋਲ ਦੇ ਨਾਲ ਪੜਦੇ ਨੰਗੇ ਕਰ ਸਕਦਾ, ਨੰਗੇ ਕਰ ਸਕਦਾ, ਬੋਲ ਦੇ ਨਾਲ ਕਿਸੇ ਦਾ ਕੰਮ ਸਵਾਰ ਸਕਦਾ, ਓਏ ਬੋਲ ਦੇ ਨਾਲ ਕਿਸੇ ਦਾ ਕੰਮ ਵਿਗਾੜ ਸਕਦਾ। ਚੁਗਲੀ ਵਾਲੇ ਬੋਲ ਭਾਵੇਂ ਮਿੱਠੇ ਹੁੰਦੇ ਨੇ, ਧਿਆਨ ਦੇਣਾ, ਮਿੱਠੇ ਹੁੰਦੇ ਨੇ, ਪਰ ਕੰਮ ਕੀ ਕਰਦੇ ਨੇ ਦੱਸੋ, ਕੰਮ ਕੀ ਕਰਦੇ? ਕੰਮ ਤਾਂ ਤੋੜਨ ਵਾਲਾ ਕਰ ਗਏ ਨਾ, ਕੰਮ ਤਾਂ ਵਿਗਾੜਨ ਵਾਲਾ ਕਰ ਗਏ ਨਾ, ਕੰਮ ਤਾਂ ਪੜਦੇ ਨੰਗੇ ਕਰਨ ਵਾਲਾ ਕਰ ਗਏ ਨਾ। ਬੋਲ ਚੰਦੂ, ਚੰਦੂ ਉਹਨੇ ਵੀ ਬੋਲ ਬੋਲੇ ਜਹਾਂਗੀਰ ਨੂੰ ਜਾ ਕੇ, ਉਹਨੇ ਵੀ ਬੋਲ ਰੱਖੇ, ਈਰਖਾ ਵਾਲੇ ਬੋਲ ਬੋਲੇ ਨਾ ਉਹਦੇ, ਚੰਦੂ ਦੇ ਬੋਲਾਂ ਕਰਕੇ। ਹੋਰ ਵੀ ਬੜੇ ਕਾਰਨ ਸਨ ਮਹਾਰਾਜ ਦੀ ਸ਼ਹੀਦੀ ਦੇ, ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਜੇ ਪਾਤਸ਼ਾਹ ਦੀ ਸ਼ਹੀਦੀ, ਪਰ ਬੜਾ ਰੋਲ ਚੰਦੂ ਦਾ ਸੀ, ਬਹੁਤ ਵੱਡਾ ਰੋਲ ਚੰਦੂ ਦਾ। ਐਸੇ ਬੋਲ ਉਹਨੇ ਬੋਲੇ, ਐਸੇ ਬੋਲ ਬੋਲੇ ਸਾਧ ਸੰਗਤ ਕੰਨ ਭਰਦੇ, ਚੁਗਲੀ ਕਰਕੇ ਕਾਜ ਵਿਗਾੜਿਆ, ਪਰ ਸਜ਼ਾ ਉਹਨੂੰ ਉਸ ਤੋਂ ਬਾਅਦ ਜਿਹੜੀ ਮਿਲੀ ਉਹ ਤੁਹਾਨੂੰ ਪਤਾ। ਲਾਹੌਰ ਦੀ ਧਰਤੀ ਤੇ ਨੱਕ ਤੇ ਨਕੇਲ ਪਾ ਕੇ ਸਾਧ ਸੰਗਤ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਨੱਕ ਤੇ ਨਕੇਲ ਪਾ ਕੇ ਦੁੜਾ ਦੁੜਾ ਕੇ ਲਾਹੌਰ ਦੀਆਂ ਗਲੀਆਂ ਦੇ ਵਿੱਚ ਉਹਨੂੰ ਮਾਰਿਆ ਸੀ, ਆਖੋ ਸੱਤ ਨਾਲ ਸਜ਼ਾ ਦਿੱਤੀ ਸੀ ਸਜ਼ਾ। ਇੱਕ ਚੰਦੂ ਦੀ ਗੱਲ ਨਹੀਂ, ਇੱਕ ਚੰਦੂ ਦੀ ਗੱਲ ਨਹੀਂ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਹਰ ਉਸ ਚੰਦੂ ਨੂੰ ਇਹ ਗੱਲ ਕਹਿ ਰਹੇ ਨੇ, ਹਰ ਉਸ ਚੰਦੂ ਨੂੰ ਜਿਹਦੇ ਕੋਲ ਇਹ ਚੰਦੂ ਵਾਲੀ ਜ਼ਬਾਨ ਹੈ, ਈਰਖਾ ਵਾਲੀ ਜ਼ਬਾਨ ਹੈ, ਮਾੜੇ ਬੋਲ ਬੋਲਣ ਵਾਲੀ ਜ਼ਬਾਨ ਹੈ, ਧਿਆਨ ਦੇਣਾ। ਸਾਹਿਬ ਕਹਿੰਦੇ ਉਹਦਾ ਵੀ ਹਸ਼ਰ ਇਹੀ ਹੋਏ, ਚੁਗਲ ਨਿੰਦਕ ਭੁੱਖੇ ਰੁੱਲ ਮੂਏ, ਆਖੋ ਸਤਨਾਮ, ਭੁੱਖੇ ਰੁੱਲ ਮੂਏ। ਪਾਤਸ਼ਾਹ ਕਹਿੰਦੇ ਰੁੱਲਣਾ ਪਏਗਾ, ਭੁੱਖੇ ਮਰਨਾ ਪਏਗਾ। ਚਾਹੁੰਦਾ ਕਿਹੜਾ ਚਾਹੁੰਦਾ ਜੀ, ਕਿਹੜਾ ਚਾਹੁੰਦਾ?
ਸਾਹਿਬ ਮੈਂ ਨਹੀਂ ਜਾਂਦਾ। ਸਾਹਿਬ ਕਹਿੰਦੇ ਫਿਰ ਇਹ ਆਤਮਾ ਛੱਡ ਦੇ। ਮੈਂ ਨਹੀਂ ਜਾਂਦਾ, ਸਾਹਿਬ ਕਹਿੰਦੇ ਆਤਮਾ ਛੱਡ ਦੇ ਜੀ ਪਾਤਸ਼ਾਹ, ਫਿਰ ਮੈਂ ਕੀ ਕਰਾਂ। ਫਿਰ ਸਾਹਿਬ ਸਮਝਾਉਂਦੇ ਨੇ ਆਹ ਕੰਮ ਕਰਨਾ, ਬਾਬਾ ਬੋਲੀਏ ਪਤ ਹੋਏ, ਬੋਲੀਏ ਪਤ ਹੋਏ, ਬਾਬਾ ਗੱਲ ਕਰਨ ਪਿੱਛੇ ਸਤਸੰਗਤ ਕੋਈ ਮੋਟਿਵ ਚੰਗਾ ਹੈ, ਧਿਆਨ ਦੇਣਾ ਮੋਟਿਵ ਚੰਗਾ। ਇੱਕ ਬੰਦਾ ਨਿਰੰਤਰ ਮਾੜੇ ਕਿਰਦਾਰ ਨਿਭਾ ਰਿਹਾ, ਖਰਾਬ ਕਰਦਾ ਪਿਆ ਹਰੇਕ ਨੂੰ, ਇੱਕ ਬੰਦਾ ਹਰੇਕ ਦੀ ਜ਼ਿੰਦਗੀ ਖਰਾਬ ਪਿਆ ਕਰਦਾ। ਹੁਣ ਅਗਰ ਕਿਸੇ ਨੂੰ ਆਗਾਹ ਕੀਤਾ ਜਾ ਰਿਹਾ ਉਹਦੇ ਬਾਰੇ ਕਿ ਭਾਈ ਬਚ ਕੇ ਰਹੀ, ਬਚ ਕੇ ਰਹੀ, ਜੇ ਤੇਰੇ ਕੋਲ ਆ ਕੰਮ ਉਹ ਕਰਨ ਲਈ ਆਵੇ, ਆ ਬੋਲ ਬੋਲੇ, ਬਚ ਕੇ ਰਹੀ, ਬੜੀਆਂ ਜ਼ਿੰਦਗੀਆਂ ਬਰਬਾਦ ਹੋ ਗਈਆਂ। ਕਈ ਵਾਰੀ ਨਾ ਸਾਨੂੰ ਭੁਲੇਖੇ ਪੈ ਜਾਂਦੇ ਨੇ, ਈਰਖਾ ਕੀ ਹੈ ਜੀ, ਚੁਗਲੀ ਕੀ ਹੈ ਜੀ। ਹੁਣ ਦੇਖਿਆ ਜਾਵੇ ਗੱਲ ਤਾਂ ਉਹਦੀ ਕਰ ਰਿਹਾ, ਪਿੱਠ ਪਿੱਛੋਂ ਕਰ ਰਿਹਾ, ਪਰ ਗੱਲ ਕਿਸ ਕਾਰਨ ਕਰ ਰਿਹਾ ਮੋਟਿਵ ਦੇਖੋ, ਵਿਗਾੜਨ ਪਿੱਛੇ ਕਰ ਰਿਹਾ ਕਿ ਸਵਾਰਨ ਪਿੱਛੇ ਕਰ ਰਿਹਾ। ਕੋ ਸਤ ਨਾ, ਜੇ ਤਾਂ ਵਿਗਾੜਨ ਪਿੱਛੇ ਕਰ ਰਿਹਾ ਉਹਦਾ ਮੋਟਿਵ ਹੈ ਕਿ ਕੰਮ ਵਿਗਾੜਿਆ ਜਾਵੇ ਫਿਰ ਤਾਂ ਮਾੜਾ, ਤੇ ਜੇ ਉਹਦਾ ਮੋਟਿਵ ਨੇਕ ਹੈ ਕਿ ਭਾਈ ਆਗਾਹ ਹੋ ਜਾ, ਸੁਚੇਤ ਹੋ ਜਾ, ਹੋ ਸਕਦਾ ਤੇਰੇ ਕੋਲ ਉਹ ਆਵੇ, ਏਦਾਂ ਬੋਲ ਬੋਲੇ, ਏਦਾਂ ਕੰਮ ਕਰੇ, ਤੇਰੇ ਨਾਲ ਰੋਲ ਕੇ ਰੱਖ ਦੇਗਾ ਤੈਨੂੰ, ਆਗਾਹ ਹੋ ਜਾ, ਆਗਾਹ ਹੋ ਜਾ। ਫਿਰ ਸਤਸੰਗਤ ਆਗਾਹ ਕਰਨਾ, ਕਿਸੇ ਨੂੰ ਰੋਲਣ ਤੋਂ ਬਚਾਉਣਾ, ਕਿਸੇ ਨੂੰ ਬਰਬਾਦ ਹੋਣ ਤੋਂ ਬਚਾਉਣਾ, ਸਤਸੰਗਤ ਫਿਰ ਇਹ ਚੁਗਲੀ ਨਾ ਹੋਈ। ਆਖੋ ਸਤਨਾਮ, ਫਿਰ ਇਹ ਚੁਗਲੀ ਨਾ ਹੋਈ, ਫਿਰ ਤੂੰ ਉਹਨੂੰ ਬਚਾ ਰਹੇ, ਫਿਰ ਬਚਾ ਰਿਹਾ। ਤੇ ਸਾਹਿਬ ਕਹਿੰਦੇ ਨੇ ਬਾਹਾਂਬਾ ਬੋਲੀਏ ਪਤ ਹੋਏ, ਬੋਲੀਏ ਪਤ ਹੋਏ, ਬਾਬਾ ਜਿਸ ਅੰਦਰ ਚੁਗਲੀ ਚੁਗਲੋ ਵਜੈ, ਜਿਸ ਅੰਦਰ ਚੁਗਲੀ ਚੁਗਲੋ ਵਜੈ। ਸਾਹਿਬ ਕਹਿੰਦੇ ਜਿਹਦੇ ਅੰਦਰ ਚੁਗਲੀ ਹੈ, ਜਿਹਦੇ ਅੰਦਰ ਚੁਗਲੀ ਦੇ ਬੋਲ ਤੁਰਦੇ ਨੇ, ਆਤਾਂ ਤੋਂ ਬਾਜ ਨਹੀਂ ਆਉਂਦਾ, ਉਹਦਾ ਨਾਮ ਚੁਗਲ ਵਜਣਾ ਸ਼ੁਰੂ ਹੋ ਜਾਂਦਾ। ਚੁਗਲ ਚੁਗਲੋ, ਚੁਗਲ ਖੋਰ ਆਪਾਂ ਕਹਿੰਦੇ, ਬੜਾ ਯਾਰ ਚੁਗਲ ਖੋਰ ਹੈ, ਬੜਾ ਚੁਗਲ ਖੋਰ ਹੈ, ਇੱਧਰ ਦੀ ਉੱਧਰ ਉੱਧਰ ਦੀ ਇੱਧਰ ਕਰਕੇ ਕੰਮ ਵਿਗਾੜ ਨਹੀਂ ਜਾਣਦੇ। ਸਾਹਿਬ ਕਹਿੰਦੇ ਜਿਸ ਅੰਦਰ ਚੁਗਲੀ ਚੁਗਲੋ ਵਜੈ, ਜਿਸ ਅੰਦਰ ਚੁਗਲੀ ਚੁਗਲੋ ਵਜੈ, ਕੀਤਾ ਕਰਤਿਆਂ ਉਸਕਾ ਸਭ ਗਿਆ, ਕੀਤਾ ਕਰਤਿਆਂ ਉਸਦਾ ਸਭ ਗਿਆ। ਸੁਣੋ, ਜਿਹੜਾ ਸਵਾਦ ਦੇ ਨਾਲ ਚੁਗਲੀਆਂ ਕਰੀ ਜਾਂਦੇ ਆ, ਰਸ ਨਾਲ ਚੁਗਲੀ ਕਰੀ ਜਾਂਦੇ, ਕਹਿੰਦੇ ਕੀਤਾ ਕਰਤਿਆਂ ਉਸਦਾ ਸਭ ਗਿਆ, ਉਹ ਕੀਤਾ ਕਰਤਿਆਂ ਉਸਦਾ ਸਭ ਗਿਆ। ਸਪਸ਼ਟ ਜੇ ਬੋਲਨੇ ਅਰਥ ਤੁਹਾਨੂੰ ਸਮਝ ਆ ਗਏ, ਕੀਤਾ ਕਰਦਿਆਂ ਜੋ ਕੀਤਾ ਨਾ ਉਹਨੇ, ਜੋ ਕੰਮ, ਜੋ ਭਜਨ, ਜੋ ਹੋਰ ਆ ਸਤ ਸੰਗਤ ਦੀ ਘੜੀ, ਸਾਹਿਬ ਕਹਿੰਦੇ ਕੀਤਾ ਕਰਦਿਆਂ ਉਸਕਾ ਸਭ ਗਿਆ, ਨਿਫਲ ਗਿਆ ਨਿਫਲ। ਤੂੰ ਚੁਗਲੀ ਕਿਆ ਕੀਤੀ, ਉਹਦਾ ਕੰਮ ਨਹੀਂ ਵਿਗਾੜਿਆ, ਓਏ ਆਪਣਾ ਕੰਮ ਵਿਗਾੜ ਲਿਆ, ਜਾਂ ਕੋ ਸਤਨਾ, ਉਹਦਾ ਕੰਮ ਨਹੀਂ ਆਪਣਾ ਕੰਮ ਵਿਗਾੜ ਲਿਆ, ਕੀਤਾ ਕਰਦਿਆਂ ਉਸਕਾ ਸਭ ਗਿਆ, ਕੀਤਾ ਕਰਦਿਆਂ ਉਸਕਾ ਸਭ ਗਿਆ। ਤਾਂ ਹੀ ਤਾਂ ਸਾਹਿਬ ਸਮਤ ਦੇ ਰਹੇ ਨੇ, ਬੇਟਾ ਜੇ ਜ਼ਬਾਨ ਮਿਲੀ ਹੈ, ਜੇ ਜ਼ਬਾਨ ਮਿਲੀ ਹੈ ਉਹ ਕੁਝ ਉਹ ਕਰ ਜਾ,
पत तेरी भी टकी जावे ते तेरी जबान खातर दूजे दी भी पत टकी जावे। बाबा बोलिए पत होए बोलिए बद होए। बाबा बोलिए पत होए बोलिए पत होए। इस जबान दे नाल तू मिठा भी बोल सकदा है तू कौड़ा भी बोल सकदा है चुनना तू है। इस जबान दे नाल तू ईरखा दे बोल बोल के तू किसी दे पर्दे नंगे कर सकदा है। इस जबान दे नाल तू ऐसे बोल बोल के किसी दे पर्दे ढक सकदा है। आखो सतनाम। इस जबान दे नाल तू ईरखा दे बोल बोल के किसी दे पर्दे नंगे भी कर सकदा है। इसी जबान दे नाल तू निर्मल बोल बोल के किसी दे पर्दे ढक भी सकदा है ढक भी सकदा। इसी जबान दे नाल तू निंदिया दे बोल बोल के निंदिया दे बोल बोल के अपना बेड़ा गर्क कर सकदा है। ते इसी जबान दे नाल तू सिफत सलाह दे गीत गा के अपना भला कर सकदा है। मैं एक गल कही निंदिया करके अपना बेड़ा गर्क करना वह दूजे का की करेगा। असी सोचते हाँ असी उदी निंदिया करांगे निंदिया करके उदा कम बिगाड़ दे। संगत जी नहीं निंदिया बारे तो साहब ने इन्ना कुछ लिखे इन्ना कुछ लिखे साहब कहिंदे और जबान मिली सी सिफत सलाह दे गीत गांदा जबान मिली सी इस जबान को कोई चंगा कम लेंदा। कोड़े बोल ईरखा दे बोल निंदिया दे बोल हद हो गई तेरी। साहब कहिंदे बाबा बोलिए पत होए पत होए बोलिए पत बोलिए हिरदे दी फट्टी ते लिखिया जावे लिखिया आ पंक्ति लिखी जावे ते बोल लिखे जान बोल लिखे जान। भावे तुहाडा दिल साफ है दिल साफ है जवान कोड़ी है ना फिर भी सत्संग मारी खाओगे। आखो सतनाम। बड़ा तगड़ा रोल है बड़ा इंपोर्टेंट रोल है इस जबान का इस बॉडी दे विच इस शरीर दे विच बड़ा सिरे का रोल यह सात संगत निभाउंदी है जबान। कहिंदे आ शरीर हट्टी है हट्टी हट्टी जबान उस हट्टी का ताला है कह देना शरीर हट्टी है जबान उस हट्टी का ताला है। जदों जबान खुलदी है पता लगता है हट्टी जे की है सतना। जदों जबान खुलदी ना उदों पता लगता हट्टी जे की बंदा कहिंदा तेरे अंदर इन्ना नफरत इन्नी ईरखा भरी है यार मैं तो तैनूं कुछ होर ही समझता सी। कई बार आपां कहिंदे मैं तैनूं कुछ होर ही समझता सी। जद तक ताला बंद सी पड़दे पए सन जदों ताला खुलिया जदों ताला खुलिया पता लग गया इस शरीर रूपी हट्टी च किहड़े किहड़े सौदे असी रखे हुए किहड़े किहड़े सौदे किहड़े किहड़े सौदे रखे। साहिब कहिंदे ने ओ वपार करके जा जिस वपार दे नाल तेरी पत टकी जावे। बाबा बोलिए पत होए बोलिए पद होए। बाबा बोलिए पद होए बोलिए पद होए।
वाहेगुरु 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 बोल के बोलो वाहेगुरु 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 वाहेगुरु